ਇਹ ਬਹੁਤ ਹੀ ਸਿੱਧਾ ਪਰ ਰੋਚਕ ਪਰੀਖਣ ਹੈ ਜੋ ਕਿ ਹਵਾ ਦੇ ਫੈਲਾਅ ਨੂੰ ਚੰਗੀ ਤਰ੍ਹਾਂ ਸਮਝਾ ਸਕਦਾ ਹੈ। ਇਸ ਨੂੰ ਕਰਨ ਲਈ ਤੁਹਾਨੂੰ ਇੱਕ ਪਾਣੀ ਦੀ ਬੋਤਲ, ਇੱਕ ਸਿੱਕਾ ਅਤੇ ਥੋੜਾ ਜਿਹਾ ਪਾਣੀ ਚਾਹੀਦਾ ਹੈ। ਸਭ ਤੋਂ ਪਹਿਲਾਂ ਬੋਤਲ ਵਿੱਚ ਥੋੜਾ ਜਿਹਾ ਠੰਡਾ ਪਾਣੀ ਪਾਓ, ਬੋਤਲ ਨੂੰ ਹਿਲਾਓ ਅਤੇ ਪਾਣੀ ਬਾਹਰ ਕੱਢ ਦਿਓ। ਇਸ ਤਰ੍ਹਾਂ ਬੋਤਲ ਠੰਡੀ ਹੋ ਜਾਵੇਗੀ। ਹੁਣ ਸਿੱਕੇ ਨੂੰ ਪਾਣੀ ਵਿੱਚ ਡੁਬੋ ਕੇ ਇਸ ਗਿੱਲੇ ਸਿੱਕੇ ਨੂੰ ਬੋਤਲ ਦੇ ਮੂੰਹ ਉੱਪਰ ਰੱਖ ਦਿਓ। ਗਿੱਲੇ ਸਿੱਕੇ ਨਾਲ ਬੋਤਲ ਦਾ ਮੂੰਹ ਬਿਲਕੁਲ ਸੀਲ ਹੋ ਜਾਵੇਗਾ। ਫਿਰ ਆਪਣੇ ਹੱਥਾਂ ਨੂੰ ਗਰਮ ਕਰਨ ਲਈ ਇੱਕ ਦੂਜੇ ਨਾਲ ਰਗੜੋ। ਆਪਣੇ ਗਰਮ ਹੱਥ ਬੋਤਲ ਨੂੰ ਲਗਾਓ। ਕੁਝ ਸਮੇਂ ਬਾਅਦ ਬੋਤਲ ਦੇ ਅੰਦਰ ਵਾਲੀ ਹਵਾ ਗਰਮ ਹੋ ਜਾਵੇਗੀ ਅਤੇ ਫੈਲਣੀ ਸ਼ੁਰੂ ਹੋ ਜਾਵੇਗੀ। ਉਸ ਸਮੇਂ ਸਿੱਕਾ ਥੋੜ੍ਹਾ ਜਿਹਾ ਉੱਪਰ ਉੱਠੇਗਾ ਅਤੇ ਗਰਮ ਹਵਾ ਨੂੰ ਬਾਹਰ ਨਿਕਲਣ ਦੇਵੇਗਾ। ਸਿੱਕਾ ਕੁੱਕਰ ਦੀ ਸੀਟੀ ਦਾ ਕੰਮ ਕਰੇਗਾ। ਜਦੋਂ ਬੋਤਲ ਦੇ ਅੰਦਰ ਦਾ ਦਬਾਅ ਵੱਧ ਜਾਵੇਗਾ ਤਾਂ ਸਿੱਕਾ ਉੱਪਰ ਉੱਠ ਕੇ ਅੰਦਰ ਬਣੀ ਹੋਈ ਭਾਫ਼ ਨੂੰ ਬਾਹਰ ਕੱਢ ਦੇਵੇਗਾ। ਇਹ ਪ੍ਰੀਖਣ ਬਹੁਤ ਮਹਿੰਗਾ ਨਹੀਂ ਹੈ, ਪਰ ਇਹ ਹਵਾ ਦੇ ਦਬਾਅ ਨੂੰ ਸਿੱਧ ਕਰਨ ਦਾ ਬਹੁਤ ਹੀ ਰੋਚਕ ਤਰੀਕਾ ਹੈ।